ਗੱਲ ਮੈਨੂੰ ਉਹ ਵੀ ਦੱਸ ਦੋ ਸੱਚ, ਮੈਂ ਮੁੱਢ 'ਚ ਕਿਹਾ ਸੀ ਵੀ ਬੰਦਿਆਂ ਕੋਲ ਕੰਮ ਇੰਨਾ, ਇਹਨਾਂ ਨੇ ਵਰਕਰ ਰੱਖਣੇ ਆ, ਸਾਲ ਕੰਮ ਸਿਖਾਉਣਗੇ, ਉਦੋਂ ਬਾਅਦ 30,000 ਰੁਪਈਆ ਮਹੀਨੇ ਦੇ ਰੱਖ ਲੈਣੇ, ਗੱਲ ਪੱਕੀ ਆ ਨਾ? ਪੱਕੀ ਆ ਜਮਾ, ਮੇਰੇ ਨਾਲ ਫਿਰਿਆ ਬੰਦਾ, ਮੈਂ ਦਿਖਾਉਣਾ ਤੁਹਾਨੂੰ ਵੀ ਤੁਰਿਆ ਫਿਰਿਆ ਬੰਦਾ ਕੀ ਹੁੰਦਾ, ਇਕੱਲੇ ਏਸੀਆਂ ਕਰਕੇ। ਹਾਂਜੀ ਹਾਂਜੀ, ਆਹ ਦੇਖੋ ਆਹ ਬੰਦੇ ਦੀ ਟਰੈਵਲ ਹਿਸਟਰੀ ਆ। 1974 'ਚ ਬਾਪੂ ਹੋਣਾ ਨੇ ਸਨਾਮ ਦੇ ਵਿੱਚ ਗੱਡੀਆਂ ਠੀਕ ਕਰਨ ਦਾ ਵਰਕਸ਼ਾਪ ਦਾ ਕੰਮ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਮਤਲਬ ਆਪਾਂ ਕਹਿ ਸਕਦੇ ਵੀ ਕੰਮ ਪੀੜ੍ਹੀਆਂ ਪੈ ਗਿਆ। ਇਸ ਵਕਤ ਬਾਈ ਹੋਣੀ ਬੱਸਾਂ 'ਚ, ਟਰੱਕਾਂ 'ਚ, JCB-ਆਂ 'ਚ, ਆਲ ਇੰਡੀਆ, ਬਾਈ ਹੋਣਾ ਦੀ ਟਰੈਵਲ ਹਿਸਟਰੀ ਦਿਖਾਵਾਂਗੇ, ਆਲ ਇੰਡੀਆ ਦੇ ਵਿੱਚ AC ਫਿਟਿੰਗ ਦਾ ਕੰਮ ਕਰਦੇ ਆ। ਪਰ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਯਾਰ ਬਾਈ ਬੰਦੇ ਸਸਤੇ ਨਹੀਂ ਗੇ, ਆਮ ਬੰਦਾ ਜਿੱਥੋਂ ਤੁਹਾਨੂੰ ਆਮ ਮਿਲਦਾ ਹੈ ਉਦੋਂ 10-15,000 ਰੁਪਈਆ ਰੇਟ ਇਹਨਾਂ ਦਾ ਜ਼ਿਆਦਾ ਹੋਊਗਾ। ਕਿਉਂ ਜ਼ਿਆਦਾ? ਪਰ ਫਿਰ ਵੀ ਇੰਨਾ ਕੰਮ ਕਿਵੇਂ ਆ ਕਿ ਇਹਨਾਂ ਨੂੰ ਦਰਵਾਜ਼ਾ ਬੰਦ ਕਰਕੇ ਕੰਮ ਕਰਨਾ ਪੈਂਦਾ, ਇਹਨਾਂ ਕੋਲ ਕੰਮ ਹੁੰਦਾ ਨਹੀਂ, ਇੰਨਾ ਕੰਮ ਕਿਉਂ ਆਉਂਦਾ? ਇੱਥੋਂ ਤੱਕ ਕੰਮ ਆ ਕਿ ਬਾਈ ਹੋਣੀ ਕਹਿੰਦੇ ਆ ਕਿ ਭਾਈ ਕੋਈ ਵੀ ਮੁੰਡਾ ਸਾਡੇ ਕੋਲ ਕੰਮ ਸਿੱਖਣ ਆਵੇ ਉਹਨੂੰ 1 ਸਾਲ ਕੰਮ ਸਿਖਾਵਾਂਗੇ, 1 ਸਾਲ ਤੋਂ ਬਾਅਦ ਐਗਰੀਮੈਂਟ ਕਰਾਂਗੇ, 30,000 ਰੁਪਈਆ ਮਹੀਨੇ ਦਾ ਤਨਖਾਹ ਦੇ ਦਿਆ ਕਰਾਂਗੇ। ਮਤਲਬ ਕਹਿਣ ਤੋਂ ਭਾਵ ਇਹਨਾਂ ਕੋਲ ਮਜ਼ਦੂਰਾਂ ਦੀ ਇੰਨੀ ਕੁ ਕਮੀ ਆ ਸੱਜਣੋ, ਇੰਨਾ ਕੁ ਇਹਨਾਂ ਕੋਲ ਬਾਈ ਹੋਣਾ ਕੋਲ, ਜਸਵਿੰਦਰ ਹੋਣਾ ਕੋਲ ਕੰਮ ਆ, ਕੰਮ ਕਰਦੇ ਆ। ਆਜੋ ਤੁਹਾਨੂੰ ਕੰਮ ਦਿਖਾਉਣਾ, ਆਜੋ ਬਾਈ ਜਸਵਿੰਦਰ ਕੰਮ ਦਿਖਾਉਣਾ। ਕੰਮ ਕਰਦੇ ਇੰਨੀ ਸ਼ਿੱਦਤ ਦੇ ਨਾਲ ਆ ਕਿ ਗੱਡੀਆਂ ਗੁਜਰਾਤ ਤੋਂ, ਰਾਜਸਥਾਨ ਤੋਂ ਇਹਨਾਂ ਕੋਲ ਜ਼ਿਆਦਾ ਪੈਸੇ ਦੇਣ ਲਈ ਆਪਣੇ ਆਪ ਧੱਕੇ ਨਾਲ ਆਉਂਦੀਆਂ। ਬਾਈ ਜ਼ਿਆਦਾ ਕੰਮ ਤਾਂ ਮਹਿੰਗਾ ਕਰਤਾ, ਮਤਲਬ ਤਾਂ ਵੀ ਉਹ ਇੱਕ ਉਹ ਨਹੀਂ ਹੁੰਦਾ ਵੀ ਥੋੜ੍ਹਾ ਜਿਹਾ ਬੰਦਾ ਕਹਿੰਦਾ ਯਾਰ ਆਪਣੇ ਕੋਲ ਕੰਮ ਬਥੇਰਾ ਯਾਰ, ਭੋਲਾ ਵੱਧ ਲਾਉਂਦੇ ਹਾਂ, ਇਹ ਤਾਂ ਵੱਧ ਲਾਉਂਦੇ ਹਾਂ ਪੈਸੇ। ਤੁਸੀਂ ਸਮਾਨ ਦੀ ਵੈਲੀ ਆਈ, ਦੇਖੋ ਮੈਂ ਤਾਂ ਇੱਥੇ ਰਹਿ ਜਾਣਾ, ਸਮਾਨ ਗੱਡੀ ਚਲਾ ਕੇ ਵਗ ਜਾਣਾ, ਉਹਨੇ ਹੀ ਚੱਲਣਾ, ਜਿੰਨੀ ਵਧੀਆ ਸਮਾਨ ਦੀ ਕੁਆਲਿਟੀ ਓਨਾ ਹੀ ਵੱਧ ਚੱਲੂਗਾ ਜੀ। ਹਰੇਕ ਚੀਜ਼ ਮਤਲਬ ਜਿਹੜੀ ਅਕਸਰ ਆਪਣੇ ਗੱਡੀ ਦੇ ਵਿੱਚ ਲੱਗਣਾ ਹੁੰਦਾ, ਆ ਰੇਡੀਏਟਰ ਲੱਗਣਾ, ਬਲੋਰ ਲੱਗਣਾ, ਕੰਪਰੈਸ਼ਰ ਲੱਗਣਾ, ਪੈਪ ਲੱਗਣੇ ਆ, ਆ ਪੈਰ ਲੱਗਣਾ ਜਾਂ ਹੋਰ ਮਾੜੀ ਮੋਟੀ ਫਿਟਿੰਗ ਆ, ਇਹ ਹਰੇਕ ਚੀਜ਼ ਦੀ ਕੁਆਲਿਟੀ 'ਚ ਇੰਨਾ ਫਰਕ ਆ। ਹਾਂਜੀ ਹਾਂਜੀ ਹਾਂਜੀ, ਜਿਵੇਂ ਤੁਸੀਂ ਆ ਪਾਈਪ ਹੀ ਚੱਕ ਲਓ, ਦੇਖੋ ਇਹਨੂੰ ਪੂਰੀ ਗੌਰ ਨਾਲ ਜੀ, ਇਹ ਤੇ ਕਵਰ ਹੋਇਆ ਹੈ ਜੀ ਪੂਰਾ ਜੀ, ਕੋਈ ਦੇਸੀ ਕਵਰ ਨਹੀਂ, ਇਹ ਉੱਪਰ ਚੜ੍ਹਨ ਵਾਲੀ ਸਲੀਪ ਜੈਨੂਅਨ ਹੈ ਜੀ ਜੀ, ਅਤੇ ਜਿਹੜੀ ਆ ਕੰਪਨੀ ਦੀ ਗਲੰਪਿੰਗ ਆ, ਕੰਪਨੀ ਤੋਂ ਪੈਪਾਂ ਆਉਂਦੀਆਂ ਨੇ, ਮਨ ਕੇ ਐਂ ਨਹੀਂ ਵੀ ਲੋਕਲ, ਮੈਂ ਇੱਥੇ ਮਸ਼ੀਨ ਰੱਖੀ ਆ, ਜੈਕ ਲਾਇਆ ਨਾ ਜੀ, ਜੇ ਤੁਹਾਡਾ ਟਰੱਕ ਆ ਤਾਂ ਮੈਂ ਔਡਰ ਦਊਂਗਾ ਕੰਪਨੀ ਨੂੰ ਸਪੈਸ਼ਲ, ਤਾਂ ਉਹ 2 ਸੈੱਟ ਮੇਰੇ ਵਾਸਤੇ 100 ਸੈੱਟ ਉਹੀ ਬਣਾ ਕੇ ਦੇਣੇ। ਮੈਂ ਕਿਹਾ ਮਤਲਬ ਕੁਛ ਸਪੈਸ਼ਲ ਆ ਗਿਆ ਜੀ, ਜਦੋਂ ਮਹਿੰਦਰਾ ਖੜੀ ਆ ਜੀ, ਬੰਦਾ ਆਊਗਾ ਕੰਪਨੀ 'ਚੋਂ ਸਾਈਜ਼ ਲੈ ਜੂਗਾ, ਪੈਪਾਂ ਭੇਜ ਦੇਣਗੇ। ਮਤਲਬ ਕੰਪਨੀ ਦੀ ਫਿਟਿੰਗ, ਮਤਲਬ ਉਹਨੂੰ ਉਹੀ ਫੀਲ ਮਿਲੂਗਾ, ਉਹੀ ਚੀਜ਼ ਮਿਲੂਗੀ ਜੋ ਕੰਪਨੀ ਪੌਲੀ, ਦੇਖੋ ਦੇਖਣ 'ਚ ਪਤਾ ਲੱਗਦਾ ਜੀ। ਹਾਂ, ਮੇਰੇ ਬੋਲਣ ਦੀ ਲੋੜ ਹੀ ਨਹੀਂ, ਪੌਲੀ ਬੋਲਦੀ ਹੈ ਜੀ, ਇਹ ਆਪੇ ਬੋਲਦੀ ਹੈ। ਮਤਲਬ ਉਹ ਹਰੇਕ ਚੀਜ਼ ਜਿਹੜੀ ਜਿਵੇਂ ਆਹ ਆਈਡਲ ਆ, ਹਾਂ ਇਹ ਆਈਡਲ ਵੀ ਇਹ ਨਹੀਂ ਹੈਗਾ, ਬੈਲਟ ਟੁੱਟ ਜੂ ਜਾਂ ਬੈਰਿੰਗ ਟੁੱਟ ਜੂ, ਇਹ 'ਚ ਬੈਰਿੰਗ ਤੱਕ ਵੀ ਰੀਜਨਲ ਪਾਏ ਹੋਏ ਨੇ ਜੀ, NSK ਦੇ ਜੀ ਜੀ, ਵੀ ਨਹੀਂ ਇਹਦੇ ਵਿੱਚ ਬੈਰਿੰਗ ਲੋਕਲ ਆ। ਹਰ ਇੱਕ ਆਮ ਗੱਲ ਪ੍ਰੋਬਲਮ ਆਉਂਦੀ ਆ ਜਦੋਂ ਇੱਕ ਲੋਕਲ ਬੰਦੇ ਤੋਂ ਆਪਾਂ AC ਲਵਾਉਂਦੇ ਹਾਂ ਤਾਂ ਉਹਦੀ ਬੈਲਟ ਟੁੱਟਣ ਦੀ ਸਮੱਸਿਆ ਬਹੁਤ ਆਉਂਦੀ ਆ। ਨਹੀਂ ਭਾਈ, ਮੈਂ ਕਹਿਣਾ ਵੀ ਉਹ ਬੈਲਟ ਕਿਉਂ ਟੁੱਟਦੀ ਆ? ਉਹ ਭਾਅ ਜੀ ਆਹ ਇਹ ਦੇਖੋ ਪੈਰ, ਇੱਕ ਤੁਸੀਂ ਨੋਰਮਲ ਪੱਤੀਆਂ 'ਚ ਪੈਰ ਲਾਤਾ, ਇੱਕ ਪ੍ਰੋਪਰ ਐਡਲ ਬੈਰਿੰਗ ਲੱਗਿਆ ਉਹਨੂੰ, ਪੂਰੀ ਸਪੈਸ਼ਲ ਲੱਗੀ ਹੈ, CNC ਮਸ਼ੀਨ 'ਤੇ ਬਣੀ ਹੋਈ ਹੈ, ਇਹਨੇ ਟੁੱਟਣਾ ਹੀ ਨਹੀਂ ਜੀ। ਮੈਂ ਤਾਂ ਇੱਥੇ ਤੱਕ ਵੀ ਕਹਿਣਾ ਵੀ 15 ਸਾਲ ਦੀ ਟਰੱਕ ਦੀ ਮਿਆਦ ਹੈ, ਤੁਹਾਡਾ ਪੈਰ 20 ਸਾਲ ਨਹੀਂ ਟੁੱਟਦਾ, ਟੁੱਟ ਗਿਆ ਮੈਂ ਲਾ ਕੇ, ਭਾਰਾ ਹੀ ਬਹੁਤ ਆ ਪੈਰ। ਹਾਂ ਤੁਸੀਂ ਦੇਖੋ ਮਤਲਬ ਇਹਨੇ ਕੀ ਟੁੱਟਣਾ ਜੀ, ਇਹਨੇ ਟੁੱਟਣਾ ਹੀ ਨਹੀਂ, ਇੰਨਾ ਭਾਰੀ ਟਰੱਕ ਵਾਲਿਆਂ ਨੇ ਸਮਾਨ ਨਹੀਂ ਲਾਇਆ ਹੁੰਦਾ, ਆਪਦਾ ਇਹਨਾਂ ਦਾ ਹਲਕਾ ਹੁੰਦਾ, ਆਪਾਂ ਇੰਨਾ ਲਾਉਣੇ ਆ ਵੀ 20 ਸਾਲ, ਮੈਂ ਤਾਂ ਕਹਿਣਾ ਪੈਰ ਟੁੱਟਣਾ ਹੀ ਨਹੀਂ ਜੀ। ਅਤੇ ਫਿਰ ਇਹਦੇ 'ਚ ਕੀ ਫਰਕ ਹੁੰਦਾ ਬਾਈ? ਇਹ ਵੀ ਕੰਪਨੀ ਦਾ ਜੀ, ਸੈਂਡਨ ਦਾ ਜੀ। ਹਾਂਜੀ,
ਇਹ ਵੀ ਕੰਪਨੀ ਦਾ ਤੇ ਕੰਪਰੈਸ਼ਰ ਚ ਕੀ ਫਰਕ ਹੈ? ਕੰਪਰੈਸ਼ਰ ਵੀ ਸੈਂਡਨ ਕੰਪਨੀ ਦਾ ਜੀ। ਜੀ ਮਤਲਬ ਦੇਸੀ ਜਾਂ ਉਹ ਚਾਈਨਾ ਮੇਡ ਜਾਂ ਉਹ ਚੀਜ਼ ਚਾਈਨਾ ਮੇਡ ਦੀ ਬਗੈਰ, ਇਹ ਜਿਹੜਾ ਬਲੌਰ ਹੈ ਜੀ ਇਹਨੂੰ ਆਪਾਂ ਕਹਿੰਦੇ ਓਰੀਜਨਲ ਹੈ ਨਾ, ਇਹ ਇੰਪੋਰਟਡ ਹੈ ਜੀ, ਇਹ ਆਉਂਦੀ ਬਾਹਰੋਂ ਨੇ। ਇਹ ਆਪਣੇ ਬਣਦੇ ਨਹੀਂ, ਦੇਖੋ ਆਉਂਦੀ ਹੋਣੀ ਬਣਦੀ ਹੀ ਨਹੀਂ ਗੱਲ ਹੀ ਹੈ, ਇਹ ਆਉਂਦਾ ਹੀ ਬਾਹਰੋਂ ਹੈ ਚਾਈਨਾ ਤੋਂ ਜੀ, ਚਾਹੇ ਇੰਪੋਰਟਡ ਕਹਿ ਲਓ ਚਾਈਨਾ ਮੇਡ ਕਹਿ ਲਓ ਕੁਛ ਵੀ ਕਹਿ ਲਓ, ਇਹ ਆਉਂਦਾ ਹੀ ਨਹੀਂ। ਝੂਠ ਜਿੰਨਾ ਮਰਜ਼ੀ ਮੈਂ ਕਹਿ ਦਿੰਦਾ, ਪਰ ਅਸੀਂ ਤਾਂ ਕਹਿ ਕੇ ਲਾਉਂਦੇ ਹਾਂ ਵੀ ਇੰਪੋਰਟਡ ਹੈ ਜੀ ਗੱਲ ਹੈ, ਵੀ ਬਾਕੀ ਸਾਡਾ ਓਰੀਜਨਲ ਆ ਸਭ, ਇਹ ਇੰਪੋਰਟਡ ਹੈ, ਇਹ ਆਉਂਦਾ ਹੀ ਨਹੀਂ ਜਦੋਂ ਬਣਾ ਲਿਆਵਾਂਗੇ ਇੱਥੇ। ਮਤਲਬ ਕਹਿਣ ਤੋਂ ਭਾਵ ਧਮਾਣ ਵਾਲਿਆਂ ਦਾ ਏ ਸੀ ਆਹ ਚੀਜ਼ਾਂ ਕਰਕੇ ਮਹਿੰਗਾ ਹੈ, ਜ਼ਿਆਦਾ ਕੰਮ ਕਰਕੇ ਮਹਿੰਗਾ ਨਹੀਂ। ਹਾਂ ਦੇਖੋ, ਹਾਂ ਵੀ ਮਤਲਬ ਉਹਨੂੰ ਵਾਰ ਵਾਰ ਨਹੀਂ ਜਾਣਾ ਪਊਗਾ ਕਿਸੇ ਬੰਦੇ ਕੋਲ, ਜਿਹੜਾ ਇੱਕ ਵਾਰੀ ਫਿੱਟ ਹੋ ਗਿਆ ਜੀ ਤਾਂ ਹੋ ਗਿਆ। ਮੇਰੇ ਕੋਲ ਆਪਦੇ ਕੋਲ ਹੀ ਟਾਈਮ ਨਹੀਂ ਜੇ ਮੈਂ ਤੁਹਾਨੂੰ ਦੁਬਾਰੇ ਅਟੈਂਡ ਕਰਾਂ ਖਰਾਬ ਹੋਣ ਪਿੱਛੇ, ਮੇਰੇ ਟਾਈਮ ਦੀ ਇੰਨੀ ਕੀਮਤ ਹੈ। ਹੁਣ ਤੁਸੀਂ ਦੋ ਵਾਰੀ ਮੇਰੇ ਕੋਲ ਆ ਕੇ ਮੇਰੇ ਤਾਂ ਦੋ ਟਰੱਕ ਮਿਸ ਹੋ ਜਾਣਗੇ, ਤੁਹਾਨੂੰ ਮੈਂ ਜਵਾਬ ਦੇ ਨਹੀਂ ਸਕਦਾ ਵੀ ਮੈਂ ਨਹੀਂ ਦੇਖਦਾ ਕਿਉਂ ਪੈਸੇ ਲੈਤੇ ਨੇ। ਆਹ ਟਰੱਕ ਆ ਬਾਈ, ਇਹਨੂੰ ਇਹਨੂੰ ਤੁਸੀਂ ਪੱਟੀ ਖੜੇ ਆ, ਹਾਂਜੀ ਹਾਂਜੀ, ਇਹ ਕਿੰਨੇ ਚਿਰ ਦੇ ਵਿੱਚ ਦੇ ਦਿਓਗੇ ਮਾਲਕ ਨੂੰ ਹੈਂਡ ਓਵਰ? ਇਹ ਜਿਹੜਾ ਇਹਦਾ ਪੈਰ ਆ ਜੀ, ਇਹ ਪੈਰ ਲਾਉਣ ਨੂੰ ਇੱਕ ਦਿਨ ਲੱਗਦਾ ਪੂਰਾ, ਦੇਖਿਆ ਤੁਹਾਨੂੰ ਸਾਰਾ ਖੋਲਿਆ ਹੋਇਆ ਇਹਦਾ ਜੀ, ਫੇਰ ਲੱਗਦਾ। ਜਿਹੜਾ ਉਹ ਟਰੱਕ ਆ ਉਹ ਅਸੀਂ ਇੱਕ ਦਿਨ 'ਚ ਦੇ ਦਿੰਦੇ, ਕਿਉਂਕਿ ਉਹਦਾ ਪੈਰ ਲਾਉਣ ਦਾ ਸਿਸਟਮ ਥੋੜ੍ਹਾ ਅੱਡ ਹੈ ਜੀ, ਇਹ 'ਚ ਜਗ੍ਹਾ ਹੀ ਨਹੀਂ ਸੀਗੀ ਜੀ। ਮੰਨ ਲਓ ਇਹਦਾ ਅਸੀਂ ਕੁਛ ਕੁ ਚੀਜ਼ਾਂ ਉਤਾਰ ਕੇ ਆਪਦੀਆਂ ਲਾਵਾਂਗੇ, ਜਿਵੇਂ ਉਹ ਪੈਰ ਲੱਗੂਗਾ, ਸਾਰਾ ਕਿੰਨਾ ਖੋਲਿਆ ਹੋਇਆ ਦੇਖੋ ਪੈਰ ਲਾਉਣ ਵਾਸਤੇ ਜੀ। ਇਹਨੂੰ ਤਾਂ ਥੋੜ੍ਹਾ ਦੋ ਦਿਨ ਲੱਗ ਜਾਂਦੇ ਨੇ, ਦੋ ਦੇ ਢਾਈ ਵੀ ਲੱਗ ਸਕਦੇ ਨੇ ਜੀ, ਜਿਵੇਂ ਤਾਂ ਕੋਈ ਨਟ ਜਾਮ ਸੀ ਮੁੰਡੇ ਉਹ ਲੈ ਕੇ ਗਏ ਨੇ ਮਿਸਤਰੀ, ਵਾਟਰ ਪੰਪ ਹੀ ਲੈ ਗਏ ਨਾਲ, ਹੁਣ ਕੋਈ ਖਰਾਬ ਤੇ ਖਲਾਉਣਗੇ ਨਹੀਂ, ਮਤਲਬ ਇੱਕ ਦਿਨ 'ਚ ਡੇਢ ਦਿਨ 'ਚ ਟਰੱਕ ਹੋ ਜਾਂਦਾ ਜੀ, ਟਰੱਕ ਦੇ ਦਿੰਦੇ ਹਾਂ। ਹਾਂਜੀ, ਤੇ ਇੱਕ ਸੁਣਨ 'ਚ ਗੱਲ ਇਹ ਵੀ ਆਈ ਆ ਕਿ ਭਾਈ ਚੇਨਈ ਤੋਂ ਫੋਨ ਆ ਗਿਆ ਤੇ ਚੇਨਈ ਵਾਲੇ ਨੂੰ ਵੀ ਕਹਿ ਦੇਣਾ ਕਿ ਮੈਂ ਆਉਣਾ। ਹਾਂ ਹੋ ਜਾਂਦਾ, ਉਹ ਕਿਵੇਂ ਹੋ ਜਾਂਦਾ? ਜਿਵੇਂ ਜੀ ਇੱਥੋਂ ਸਮਾਨ ਭੇਜ ਦੇਣਾ, ਇੱਥੋਂ ਟੈਕਸੀ ਗੱਡੀ ਬੁੱਕ ਕਰਨੀ ਹੈ ਜੀ, ਚਲੋ ਬੰਬੇ ਦਾ ਲਾ ਲਓ ਜੀ, ਗੱਡੀ 'ਚ 20 ਏਸੀ ਪਾਏ, 10 ਜਿਵੇਂ ਸਿਆਲ ਗੱਡੀ 'ਚ 10 ਏਸੀ ਪੈ ਜਾਂਦੇ ਜੀ, ਪਾਏ ਗੱਡੀ ਭੇਜਤੀ ਜੀ, ਗੱਡੀ ਉੱਥੇ ਪਹੁੰਚੂਗੀ, ਮੈਂ ਇੱਥੋਂ ਦਿੱਲੀਓਂ ਬਾਏ ਏਅਰ ਸ਼ਾਮ 2 ਘੰਟਿਆਂ 'ਚ ਪਹੁੰਚ ਜਾਣਾ ਜੀ, ਚੰਡੀਗੜ੍ਹੋਂ ਲੈ ਲਓ ਚਾਹੇ ਦਿੱਲੀਓਂ ਲੈ ਲਓ, ਜਿਵੇਂ ਦਾ ਠੀਕ ਲੱਗਦਾ, ਕਿਉਂਕਿ ਸਾਰਾ ਖਰਚਾ ਕਸਟਮਰ ਕਰ ਰਿਹਾ ਆਪਣੇ ਦੇ ਜੀ, ਪਰ ਸਰਵਿਸ ਕਰਕੇ ਜੀ। ਮੈਂ ਤਾਂ ਦਿੱਲੀ ਏਅਰਪੋਰਟ ਗੱਡੀ ਖੜਾਉਣੀ ਹੈ, ਜਹਾਜ਼ ਚੜ੍ਹਨਾ, ਏਸੀ ਫਿੱਟ ਕਰਨਾ, ਰਾਤੋਂ ਰਾਤ ਵਾਪਸ, ਗੱਡੀ ਆਪਦੇ ਆਪ ਆਪਦੀ ਵਾਪਸ ਆ ਜੀ ਜੀ। ਇੱਕ ਉਹ ਮੈਨੂੰ ਉਹ ਹਿਸਟਰੀ ਕੱਢਿਓ, ਹਿਸਟਰੀ ਕੱਢਿਓ ਪ੍ਰੀਤ, ਤੂੰ ਵੀ ਦੇਖੀ ਹੋਏ ਗੌਰ ਨਾਲ, ਅਗਲਾ ਕਹਿੰਦਾ ਨਾ ਯਾਰ ਫਲਾਨਾ ਬੰਦਾ ਨਾ ਤੁਰਿਆ ਫਿਰਿਆ ਬੰਦਾ, ਤੁਰਿਆ ਫਿਰਿਆ ਬੰਦਾ ਮੈਂ ਦਿਖਾਉਣਾ ਤੁਹਾਨੂੰ ਵੀ ਤੁਰਿਆ ਫਿਰਿਆ ਬੰਦਾ ਕੀ ਹੁੰਦਾ, ਇਕੱਲੇ ਏਸੀਆਂ ਕਰਕੇ। ਹਾਂਜੀ ਹਾਂਜੀ, ਆਹ ਦੇਖੋ ਆਹ ਬੰਦੇ ਦੀ ਟਰੈਵਲ ਹਿਸਟਰੀ ਆ, ਕੋਈ ਸਾਊਥ ਅਫਰੀਕਾ ਭੇਜਦੇ ਨੇ ਕੰਪਨੀਆਂ ਮਸ਼ੀਨਾਂ, ਕੋਈ ਦੁਬਈ ਭੇਜਦੇ ਨੇ, ਮਤਲਬ ਸਾਰੀਆਂ ਕੰਪਨੀਆਂ ਨੂੰ ਵੀ ਕੰਮ ਕਰਕੇ ਦੇਣੇ ਜਿਹੜੇ ਬਾਹਰ ਭੇਜਦੇ ਨੇ। ਹਾਂ ਆਲ ਇੰਡੀਆ ਦੇ ਵਿੱਚ ਆਹ ਜ਼ਿਆਦਾ ਪੈਸੇ ਬਾਈ, ਰਾਜਸਥਾਨ ਵਾਲਾ ਲੱਗਿਆ, ਰਾਜਸਥਾਨ ਪਰ ਗਰਮੀ ਜ਼ਿਆਦਾ ਭਾਜੀ, ਕੁਛ ਅਸੀਂ ਉਹ ਰਾਜਸਥਾਨ 'ਚ ਜ਼ਿਆਦਾ ਡੀਲ ਕੀਤੀ ਹੈ ਜੀ ਜੀ, ਮਤਲਬ ਜਿਵੇਂ ਹੁਣ ਚੇਨਈ ਬੰਬੇ ਜੀ ਇਹ ਸਟੇਟਾਂ ਫੜੀਆਂ ਹੋਈਆਂ ਨੇ ਜੀ ਜੀ, ਕੀ ਹੁੰਦਾ ਜਿਵੇਂ ਚੇਨਈ ਜਾਣਾ ਜੀ, ਵਰਕਰ ਨੂੰ ਤਾਂ ਕੁਛ ਸਮਝ ਨਹੀਂ ਆਉਂਦਾ ਉਹ ਕੀ ਬੋਲਦੇ ਨੇ ਜੀ, ਉਹ ਫਿਰ ਇਸ ਕਰਕੇ ਮੈਨੂੰ ਸ਼ੁਰੂ ਕਰਨੀ ਪੈਂਦੀ ਹੈ ਸਟੇਟ ਜਾ ਕੇ ਜੀ, ਜਿਵੇਂ ਚੇਨਈ ਸ਼ੁਰੂ ਕਰਤਾ ਜੀ, ਤਾਂ ਫਿਰ ਮੈਨੂੰ ਮੂੰਹ ਜਵਾਨ ਨਹੀਂ ਪਤਾ, ਮੈਂ ਫੋਨ 'ਤੇ ਹੀ ਬੰਦੇ ਨੇ ਵੀ ਇੱਥੇ ਉਤਰੀਆਂ ਗੱਡੀ ਵਾਲਾ ਤੈਨੂੰ ਬਿਠਾ ਲੂਗਾ, ਤੈਨੂੰ ਉੱਥੇ ਛੱਡ ਦੂ, ਜਿਵੇਂ ਲਿੰਕ ਬਣਾ ਲੈਂਦੇ ਹਾਂ, ਜਿਵੇਂ ਕੋਈ ਗੱਡੀ ਵਾਲਾ ਮੈਨੂੰ ਲੈ ਗਿਆ, ਮੈਂ ਉਹਨੂੰ ਕਹਿੰਦਾ ਵੀ ਨੰਬਰ ਦੇ ਜੀ, ਤੈਨੂੰ 100 ਰੁਪਇਆ 200 ਵੱਧ ਹੀ ਦੇਵਾਂਗੇ, ਉੱਤੇ ਮੇਰਾ ਬੰਦਾ ਏਅਰਪੋਰਟ ਤੋਂ ਚੱਕਣਾ, ਸਾਈਡ 'ਤੇ ਛੱਡ ਦੇਣਾ, ਪਤਾ ਉਹ 10-20 ਵਾਰ ਮੈਨੂੰ ਜਾਣਾ ਪੈਂਦਾ ਜੀ, ਜਿਵੇਂ ਹੁਣ ਰਾਜਸਥਾਨ 'ਚ ਮੈਂ ਨਹੀਂ ਜਾਂਦਾ, ਸਾਰੇ ਵਰਕਰ ਸਿੱਖੇ ਨੂੰ ਹੀ ਜਾਂਦੇ ਨੇ। ਅਤੇ ਗਰੰਟੀ ਕੀ ਰਹਿੰਦੀ ਹੈ ਬਾਈ? ਗਰੰਟੀ ਨਹੀਂ ਭਾਜੀ ਦਿੰਦੇ। ਅੱਛਾ ਜੀ, ਗਰੰਟੀ ਜੈਨੂਅਨ ਹੈ ਸਮਾਨ, ਇਸ ਗੱਲ ਦੀ ਫੁੱਲ ਗਰੰਟੀ ਆ, ਗਰੰਟੀ ਦਿੰਦੇ ਕਿਉਂ ਨਹੀਂ? ਆਹ ਸਮਾਨ ਮਜ਼ਬੂਤ ਆ, ਇਹ ਸਮਾਨ ਅਸਲੀ ਆ, ਇਸ ਚੀਜ਼ ਦੀ ਗਰੰਟੀ ਆ, ਗਰੰਟੀ ਆ ਜੀ, ਤਾਂ ਉਦਾਂ ਕੋਈ ਗਰੰਟੀ ਉਵੇਂ ਗਰੰਟੀ ਨਹੀਂ। ਉਹ ਕਿਉਂ ਨਹੀਂ ਦਿੰਦੇ ਉਹ ਵੀ ਦੱਸਦਾ ਜੀ, ਜੀ ਇੱਕ ਟਰੱਕ 'ਤੇ ਇਹ ਨਹੀਂ ਪਤਾ ਵੀ 2 ਸਾਲ 'ਚ ਕਈ ਵਾਰੀ 2 ਡਰਾਈਵਰ ਬਦਲ ਜਾਣ, 3 ਬਦਲ ਜਾਣ ਜੀ, ਜਾਂ ਇੱਕ ਹੋ ਰਹੇ 5 ਸਾਲ ਜੀ, ਫਿਰ ਉਹ ਧਿਆਨ ਨਹੀਂ ਰੱਖਦੇ ਵੀ ਚੱਲ ਰਿਹਾ ਵੀ ਏਸੀ ਲਾਇਆ ਚਲਾਈ ਉਤਰ ਕੇ ਘਰੇ, ਨਾ ਇਹ 'ਚ ਹਵਾ ਮਾਰਨੀ, ਨਾ ਇਹਨੂੰ ਸਾਫ਼ ਕਰਨਾ ਜੀ। ਕਈ ਕਸਟਮਰ ਮੇਰੇ ਇਹੋ ਜਿਹੇ ਨੇ ਜੀ ਜਿਨ੍ਹਾਂ ਦਾ 5-5 ਸਾਲ ਤੋਂ ਉਹੀ ਸਮਾਨ ਚੱਲ ਰਿਹਾ ਜੀ, ਕਦੇ ਆਪਾਂ ਉਹ ਅਗਲੀ ਵੀਡੀਓ 'ਚ ਉਹਨਾਂ ਲਵੇ ਚੱਲਾਂਗੇ ਵੀ ਕਿੰਨੇ ਸਾਲ ਤੋਂ ਚੱਲ ਰਿਹਾ, ਤੁਸੀਂ ਦੱਸੋ ਉਹੀ ਸਮਾਨ, ਉਹੀ, ਕਿਉਂਕਿ ਉਹ ਬੰਦੇ ਕੇਅਰ ਹੀ ਇੰਨੀ ਕਰਦੇ ਨੇ ਜੀ।
ਵੈਸੇ ਤਾਂ ਡਰਾਈਵਰ ਧਿਆਨ ਰੱਖਦੇ ਆ ਪਰ ਵਿੱਚ ਡਰਾਈਵਰ ਹੁੰਦੇ ਆ ਨਲਾਇਕ ਵੀ ਹੁੰਦੇ ਆ। ਹਾਂ, ਇਸ ਕਰਕੇ ਅਸੀਂ ਕਿਸੇ ਦੀ ਵੀ ਗਰੰਟੀ ਨਹੀਂ ਦਿੰਦੇ, ਜੈਨੂਅਨ ਦੀ ਫੁੱਲ ਗਰੰਟੀ। ਬਾਕੀ ਜੇ ਦਿੱਕਤ ਆ ਜਾਏ, ਜਿਵੇਂ ਕੋਈ ਗਿਆ ਦਿੱਕਤ ਆ, ਉਹ ਬੈਠੇ ਆ ਉਵੇਂ ਝੁੱਗਾ ਨਹੀਂ ਚੱਕਦੇ ਵੀ ਨਾ ਜੀ ਸਾਡੀ ਗਰੰਟੀ ਨਹੀਂ। ਜਿਵੇਂ ਕਿਸੇ ਮਸ਼ੀਨ 'ਚ ਏਸੀ ਲਾਇਆ, ਉਹਦਾ 5 ਦਿਨ ਬਾਅਦ ਕੰਪਰੈਸ਼ਰ ਖਰਾਬ ਜੀ, ਮੈਂ ਕਿਹਾ ਜੀ ਕੋਈ ਗੱਲ ਨਹੀਂ, ਤੁਹਾਡੀ ਗਲਤੀ ਨਹੀਂ। ਇਹ ਸਮਾਨ ਦਾ ਇਹੀ ਕੁਆਲਿਟੀ ਰਹਿੰਦੀ ਹੈ ਜਾਂ ਥੋੜ੍ਹੀ ਬਹੁਤੀ ਕਿਸੇ ਨਾਲ ਕੰਪਰੋਮਾਈਜ਼ ਕਰ ਲੈਂਦੇ ਹਾਂ ਕਿ ਬਈ ਯਾਰ ਟਾਈਮ ਹੀ ਨਹੀਂ ਭਾਜੀ ਇੰਨਾ ਵੀ 5,000 ਮੈਂ ਘੱਟ ਖਰਚਣਾ ਤਾਂ ਮੈਨੂੰ ਕੰਪਰੈਸ਼ਰ ਹੁਣ ਬੰਦ ਕਰਤਾ ਜੀ, ਪਹਿਲਾਂ ਕਰ ਲੈਂਦੇ ਸੀ, ਹੁਣ ਕੰਮ ਹੀ ਇੰਨਾ। ਹਾਂ, ਹੁਣ ਬੰਦ ਕਰਤਾ ਵੀ ਸਾਡੇ ਲਈ ਇੰਨਾ ਟਾਈਮ ਹੀ ਨਹੀਂ, ਮੈਂ ਕੰਪਨੀ ਨੂੰ ਕਹਾਂ ਵੀ ਥੋੜ੍ਹਾ ਸਸਤਾ ਭੇਜ ਦਿਉ, ਥੋੜ੍ਹਾ ਮਹਿੰਗਾ ਭੇਜ ਦਿਉ, ਇੰਨਾ ਟਾਈਮ ਹੀ ਹੈ ਨਹੀਂ ਜੀ। ਬਸ ਆਹ ਹੀ ਲੱਗੂਗਾ, ਜਿਹਨੇ ਆਹ ਟਰੱਕ ਆਹੀ ਸਮਾਨ ਲੱਗੂ ਬਸ। ਹਾਂ, ਜਿਹਨੇ ਆਹ ਲਵਾਉਣਾ ਉਹੀ ਆਵੇ, ਇਹ ਨਹੀਂ ਵੀ ਮੈਨੂੰ ਕੱਲ੍ਹ ਮੈਸੇਜ ਆ ਰਿਹਾ ਵੀ ਬਾਈ 35 ਦਾ ਲੱਗਦਾ 40 ਦਾ ਲੱਗਦਾ, ਮੈਂ ਯਾਰ ਹੁਣ ਨਹੀਂ ਲਾਉਂਦੇ ਅਸੀਂ, ਸਾਡੇ ਲਈ ਇੰਨਾ ਟਾਈਮ ਹੀ ਨਹੀਂ ਹੈਗਾ ਵੀ ਮੈਂ ਤੁਹਾਨੂੰ ਸਸਤਾ ਦੇਸੀ ਲਾ ਕੇ ਦਵਾਂ। ਤੇ ਜਾਂ ਵਾਰ ਵਾਰ ਮੈਂ ਉਹਦੀਆਂ ਸ਼ਿਕਾਇਤਾਂ, ਹਾਂ ਉਹ ਵੀ ਟਾਈਮ ਨਹੀਂ ਜੀ। ਮਾੜਾ ਜਿਹਾ ਚੈੱਕ ਕਰੀਏ ਇਹਦੇ ਵਿੱਚ ਲੱਗਿਆ, ਕਰੋ ਭਾਈ ਸਟਾਰਟ ਕਰੋ। ਆ ਜਾ ਪ੍ਰੀਤ, ਆ ਮਾੜੇ ਗੱਡੀ ਸਟਾਰਟ ਕਰੀ ਬਾਈ, ਗੱਡੀ ਸਟਾਰਟ ਕਰੀ, ਮਾੜਾ ਚੈੱਕ ਤਾਂ ਕਰੀਏ ਵੀ ਕਿਵੇਂ ਫਿਟਿੰਗ ਹੋਈ ਆ ਅੰਦਰਲੇ ਪਾਸਿਓਂ। ਉਧਰਲੇ ਪਾਸਿਓਂ ਆ ਜਾ, ਆ ਜਾ ਜਸਵਿੰਦਰ ਜੀ, ਚਲਾਤਾ ਆਪਾਂ ਸਾਰਾ ਜੀ। ਆ ਜਾ ਜਸਵਿੰਦਰ, ਆ ਜਾ ਇਧਰਲੇ ਪਾਸੇ ਦੀ ਆ ਜਾ ਪ੍ਰੀਤ, ਉਧਰਲੇ ਪਾਸੇ ਦੀ ਵੜ ਜੂਗਾ। ਫਿਟਿੰਗ ਕਿਵੇਂ ਰਹਿੰਦੀ ਹੈ ਮਾੜਾ ਜਿਹਾ ਦੇਖੀਏ ਤਾਂ ਸਹੀ। ਇਹਦੇ ਅੰਦਰ ਤਾਂ ਬਾਹਲਾ ਲੱਗ ਗਿਆ ਨੀਗਾ ਵੀ ਕਿੱਥੇ ਕਿੱਥੇ ਇਹਦੇ ਬਲੋਰ ਲਾਤੇ ਆ, ਇਹਦੇ ਹਵਾ ਆਉਣ ਨੂੰ ਆ ਬਲੋਰ ਤਾਂ ਇਹਦੇ ਹੁੰਦੇ ਹੀ ਆ। ਹਾਂ, ਇੰਨਾ 'ਚ ਹੀ ਚਲਾਤਾ ਸੀ ਆਪਾਂ, ਇਹ ਇਹਨਾਂ ਦੇ ਵਿੱਚ ਹੀ ਚਲਾਤਾ। ਹਾਂਜੀ, ਇਹਦੇ ਵਿੱਚ ਉਹ ਬਲੋਰ ਨਹੀਂ ਲਾਉਣਾ ਪਿਆ, ਉਹ ਅੱਡ ਨਹੀਂ ਅਲੱਗ, ਇਹਦੇ ਵਿੱਚ ਲੱਗਿਆ ਜੀ, ਲੱਗਿਆ ਇਹਦੇ ਵਿੱਚ ਅੰਦਰ ਹੈ ਜੀ। ਹਾਂ, ਇਹਦੇ ਅੱਛਾ ਇਹਦੇ ਉਹ ਅੰਦਰ ਲੱਗਿਆ। ਹਾਂ, ਅੰਦਰ ਲੱਗਿਆ। ਅਤੇ ਇਹਦੇ ਆ ਹਵਾ ਨੂੰ ਪਹਿਲਾਂ ਹੀ ਜਗ੍ਹਾ ਸੀ। ਹਾਂ, ਹਵਾ ਨੂੰ ਹੈਗੀ ਸੀ ਇਕੱਲੀ, ਇਹ 'ਚ ਇਕੱਲੀ ਹਵਾ ਆਉਂਦੀ ਸੀ, ਬਸ ਠੰਡੀ ਹਵਾ ਨਹੀਂ ਆਉਂਦੀ ਸੀ। ਮਤਲਬ ਕੰਪਨੀ ਕਈ ਵਾਰੀ ਦਿੰਦੀ ਆ, ਆਇਸ਼ਰ 'ਚ ਦਿੰਦੀ ਹੈ, ਆਇਸ਼ਰ 'ਚ ਦਿੰਦੀ ਆ ਕਈ ਟਾਟਾ ਦੀਆਂ ਗੱਡੀਆਂ 'ਚ ਆਉਂਦਾ, ਅਤੇ ਜਿਨ੍ਹਾਂ ਦੇ ਨਹੀਂ ਅਤੇ ਉਹਨਾਂ ਦੇ ਬਲੋਰ ਐਕਸਟਰਾ ਲੱਗ ਜਾਂਦਾ ਉਹਨਾਂ ਦੇ ਵੀ। ਆਪਾਂ ਮੈਂ ਤੁਹਾਨੂੰ ਦਿਖਾਉਂ ਫੋਟੋ, ਮੈਂ ਫੋਨ ਫੋਟੋ ਦਿਖਾਊਂਗਾ, ਅਸੀਂ ਕਰਕੇ ਸੁਰਾਖ ਲਾ ਦਿੰਦੇ। ਆਹ ਦੇਖਿਓ, ਮੈਂ ਨਾ ਆਹ ਲਈ ਫਿਰਦਾ ਨਾਲ, ਇਹਦਾ ਮੋੜ ਜਿਹਾ ਬਦਲ ਗਿਆ ਯਾਰ ਮੇਰੇ ਤੋਂ, ਦੂਜੀ ਡਿਗਰੀ ਬਣ ਗਈ ਇਹਦੇ, 27-28 ਡਿਗਰੀ ਵਾਲਾ ਬਣ ਗਿਆ ਇਹ, ਕਿ ਘੱਟ ਗਈ ਇੰਨਾ ਗਿਆ, ਘੱਟ ਗਿਆ ਜੀ। ਓਏ ਦੇਖੋ ਇਹ ਪ੍ਰੀਤ, ਆਹ 29 ਡਿਗਰੀ 'ਤੇ ਫਿਰਦਾ, ਹਜੇ ਹੁਣੇ ਗੱਡੀ ਸਟਾਰਟ ਕੀਤੀ ਆ, ਅਤੇ ਬਾਹਰਲੇ ਪਾਸੇ 45-46 ਡਿਗਰੀ ਟੈਂਪਰੇਚਰ, ਮਤਲਬ ਅੱਜ ਨੋਰਮਲ 45 ਡਿਗਰੀ ਟੈਂਪਰੇਚਰ ਆ। ਲੈ ਆ ਜਾ, ਇੰਨਾ ਡਿੱਗ ਪਿਆ, ਹਜੇ ਆਪਾਂ ਗੱਡੀ ਸਟਾਰਟ ਕੀਤੀ, ਹਜੇ ਦੋਨੇ ਬਾਰੀਆਂ ਖੁੱਲੀਆਂ ਆਪਣੀਆਂ, ਜੇ ਦੋਨੇ ਬਾਰੀਆਂ ਬਾਈ ਕਿੰਨੀ ਕਿੰਨਾ ਕੁ ਚੱਲ ਕਰ ਦਿੰਦਾ, ਮਤਲਬ ਡਰਾਈਵਰ ਬੰਦ ਕਰਨਾ ਪੈਂਦਾ ਜੀ, ਤੁਸੀਂ ਫੁੱਲ 'ਤੇ ਚਲਾ ਨਹੀਂ ਸਕਦੇ। ਮੈਂ ਇੰਨਾ ਚੈਲੰਜ ਕਰਕੇ ਭੇਜਦਾ ਇਹਨਾਂ ਨੂੰ ਵੀ ਤੁਸੀਂ 3 ਤੇ ਘਰੇ ਨਹੀਂ ਪਹੁੰਚਦੇ, ਤੁਸੀਂ ਘੱਟ ਕਰੋ ਨਹੀਂ ਕਰੋ, ਇਹਨਾਂ ਨੇ ਜਾਣਾ ਨਾ ਉੱਥੇ 3 ਤੇ ਕਰਕੇ। ਮੈਂ ਕਹਿਣਾ ਵੀ ਤੁਸੀਂ ਜਾ ਕੇ ਦਿਖਾਓ, ਉਹਨਾਂ ਦਾ ਬਸ਼ੱਕ ਠੰਡ ਲੈ ਕੇ ਵਗ ਜਾਣਾ, ਪਰ ਸਹੀ ਮੈਂ ਇਹਨਾਂ 'ਚ ਫੁੱਲ 'ਤੇ ਕਰਕੇ ਜਾ ਨਹੀਂ ਸਕਦਾ। ਵੈਸੇ ਯਾਰ ਡਰਾਈਵਰਾਂ ਨੂੰ ਪੁੰਨ ਖੱਟਣ ਵਾਲੀ ਗੱਲ ਕਰ ਡਰਾਈਵਰ, ਕਿਉਂਕਿ ਯਾਰ ਇਹਨਾਂ ਬਾਰੇ ਨਹੀਂ ਸੋਚਿਆ ਕਦੇ। ਆਹ ਦੇਖੋ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਅੱਜ ਇਹ 'ਚ ਜਗ੍ਹਾ ਨਹੀਂ ਸੀ, ਇਹ ਸਾਰੇ ਪੈਂਟ ਆਪਾਂ ਲਾਏ, ਇਹ ਹੁੰਦਾ ਨਹੀਂ ਪਲੇਨ ਹੁੰਦਾ, ਜੇ ਕਿਸੇ 'ਚ ਨਾ ਹੋਵੇ ਤਾਂ ਐਵੇਂ ਲਾ ਦਿੰਦੇ। ਮਾੜਾ ਜਿਹਾ ਦਿਖਾ ਦਿਆਂਗੇ ਆਪਾਂ, ਅਤੇ ਮਾੜਾ ਜਿਹਾ ਇਹਨੂੰ ਪੁੱਛ ਲਈਏ। ਹਾਂਜੀ ਹਾਂਜੀ, ਆਪਕੀ ਗਾੜੀ ਹੈ ਭਈਆ, ਆਪਕੀ ਗਾੜੀ ਹੈ। ਹਾਂਜੀ, ਕੈਸਾ ਲੱਗ ਰਿਹਾ ਹੈ, ਪਹਿਲੇ ਲਗਵਾਇਆ ਇਨਸੇ? ਹਾਂ ਲਗਵਾਇਆ, ਤੇ ਪਹਿਲੀ ਗਾੜੀ ਮੈਂ ਲਗਵਾਇਆ, ਅੱਛਾ ਕੈਸਾ ਚਲਤਾ ਹੈ? ਉਹ ਬੜੀਆ ਚਲਤਾ ਉਸ, ਇਸੀ ਲਈ ਦੁਬਾਰਾ ਆਏ ਹੋ? ਇਸੀ ਲਈ ਦੁਬਾਰਾ ਆਏ। ਜੇ ਗਾੜੀ ਵੀ ਆਪਕੀ ਹੈ? ਨਹੀਂ, ਮਾਲਕ ਕੀ ਹੈ, ਮੈਂ ਚਲਾ। ਮਾਲਕ ਕੀ, ਆਪ ਚਲਾਤੇ ਹੋ? ਹਾਂ, ਪਹਿਲੀ ਆਪ ਚਲਾਤੇ ਹੋ ਏਸੀ ਵਾਲੀ? ਹਾਂ, ਉਹ ਪਹਿਲੇ ਵਾਲੇ ਮੈਂ ਹੀ ਚਲਾਤਾ। ਪਹਿਲੇ ਬਗੈਰ ਸੀ ਕਿ ਵੀ ਆਪ ਹੀ ਚਲਾਤੇ ਥੇ? ਹਾਂ, ਬਗੈਰ ਸੀ ਚਲਾਤੇ। ਕੈਸਾ ਲੱਗਤਾ ਥਾ ਪਹਿਲੇ ਗਰਮੀ ਮੈਂ? ਡਰ ਲੱਗਤਾ ਥਾ ਗਰਮੀ ਆਨੇ ਸੇ ਪਹਿਲੇ? ਹਾਂ, ਪਹਿਲੇ ਡਰ ਲੱਗਤਾ ਥਾ ਗਰਮੀ ਆਨੇ ਸੇ ਪਹਿਲੇ, ਡਰ ਲੱਗਤਾ ਥਾ ਯਾਰ ਗਰਮੀ ਆਨੇ ਵਾਲੀ ਹੈ। ਅਬ ਨਹੀਂ ਲੱਗਤਾ? ਅਬ ਨਹੀਂ ਲੱਗਤਾ। ਰਾਤ ਸੋਨਾ ਹੋ ਤੋ ਏਸੀ ਛੋੜ ਕੇ ਸੋ ਜਾਤੇ ਹੋ? ਏਸੀ ਚਲਾ ਕੇ ਸੋਤੇ।
ਠੀਕ ਆ, ਕਿ ਰਸਤੇ ਮੈਂ ਜਾਮ ਲੱਗ ਗਿਆ, ਕਹੀਂ ਰੁਕ ਗਏ, ਤਾਂ ਕੋਈ ਪਰੇਸ਼ਾਨੀ ਨਹੀਂ? ਕੋਈ ਪਰੇਸ਼ਾਨੀ, ਖੜਾ ਰਹਿੰਦਾ ਬਸ ਕੋਈ ਟੈਨਸ਼ਨ। ਕਿਆ ਬਾਤ ਆ ਯਾਰ, ਮਜ਼ਾ ਆ ਗਿਆ, ਮਜ਼ਾ ਆ ਗਿਆ। ਜਸਵਿੰਦਰ ਭਾਈ, ਨਾਲ ਜਿਵੇਂ ਆਹ ਗੱਡੀਆਂ ਦੇ ਵਿੱਚ ਏ ਸੀ ਫਿਟਿੰਗ ਦਾ ਕੰਮ ਕਰਦੇ ਹਾਂ, ਹਾਂਜੀ, ਨਾਲ ਆਪਾਂ ਗੱਡੀਆਂ ਦੇ ਵਿੱਚ ਵੀ ਏਸੀਆਂ ਦਾ ਰਿਪੇਅਰ, ਹਾਂ, ਕਾਰਾਂ ਦਾ ਰਿਪੇਅਰ ਵੀ ਕਰਦੇ ਹਾਂ ਜੀ। ਜਿਹੜਾ ਨਵਾਂ ਏ ਸੀ ਲਾਉਣਾ, ਨਵਾਂ ਵੀ ਲਾਉਣੇ ਆ ਜੀ। ਜੀ, ਜਿਹੜੀਆਂ ਦੂਜੀਆਂ ਸਵਾਰ ਗਾਲੀਆਂ ਗੱਡੀਆਂ, ਹਾਂ, ਉਹ ਵੀ ਕਰਦੇ ਹਾਂ, ਉਹਨਾਂ ਦਾ ਕੰਮ ਵੀ ਫੜ ਲੈਂਦੇ ਹਾਂ। ਜਿਵੇਂ ਟਰੱਕ ਹੋ ਗਿਆ ਜੀ, ਸਕੂਲ ਬੱਸ ਆ ਜੀ, ਨੋਰਮਲ ਛੋਟੀ ਗੱਡੀ, ਤੂਫਾਨ ਕਹਿੰਦੇ ਜਿਹਨੂੰ ਆਪਾਂ ਜੀ, ਤੂਫਾਨ, ਕਾਰਾਂ ਦਾ ਵੀ ਰਿਪੇਅਰ ਦਾ ਜੀ। ਅਤੇ ਸਾਰਾ ਜਿਵੇਂ ਸੀ ਐਨ ਜੀ ਗੇਟਾਂ ਵੀ ਲਾਉਣੇ ਆ। ਅੱਛਾ, ਜਿਹੜੀ ਸੀ ਐਨ ਜੀ ਕਿੱਟ, ਮਤਲਬ ਪੈਟਰੋਲ ਵਾਲੀ ਗੱਡੀ ਨੂੰ ਸੀ ਐਨ ਜੀ ਕਰਨ ਵਾਸਤੇ, ਉਹ ਜਿਹੜੇ ਸਿਲੰਡਰ ਸੀ ਐਨ ਜੀ ਦੇ ਨੇ। ਅੱਛਾ, ਆਹ ਜਿਹੜੇ ਸਿਲੰਡਰ ਪਏ ਆ, ਇਹ ਸੀ ਐਨ ਜੀ ਦੇ ਪਏ ਆ? ਇਹ ਵੀ ਗੱਡੀਆਂ ਆਪਣੇ ਲਵੇ, ਨੇੜੇ ਤਾਂ ਆਪਣੇ ਪੰਪ ਹੈ ਨਹੀਂ, ਸਾਰੀਆਂ ਦੂਰੋਂ ਹੀ ਆਉਂਦੀਆਂ, ਕੋਈ ਲੁਧਿਆਣੋਂ, ਪਟਿਆਲਿਓਂ, ਬਠਿੰਡੋਂ, ਮੋਗਿਓਂ, ਦੂਰੋਂ ਦੂਰੋਂ ਇਸ ਕੰਮ ਵਾਸਤੇ ਗੱਡੀਆਂ। ਇਹਦੀ ਲੀਕਿੰਗ ਲੂਕਿੰਗ ਦੀ ਕੀ ਜ਼ਿੰਮੇਵਾਰੀ? ਫੁੱਲ ਗਰੰਟੀ, ਕੋਈ ਇਹੋ ਜਿਹਾ ਨਹੀਂ ਹੈਗਾ। ਜਿਹੜਾ ਆਹ ਸਿਲੰਡਰ ਹੁੰਦਾ, ਹਾਂਜੀ, ਇਹ ਇਹ ਕਿਵੇਂ, ਮਤਲਬ ਇਹ ਸਰਕਾਰ ਤੋਂ ਅਪਰੂਵਡ ਹੈ, ਟੈਸਟ ਪਾਸ ਆ ਇਹ? ਹਾਂਜੀ, ਇਹ ਗੌਰਮੈਂਟ ਤੋਂ ਅਪਰੂਵਡ ਹੈ ਜੀ, ਗੌਰਮੈਂਟ ਇਹਦੀ ਜ਼ਿੰਮੇਵਾਰੀ ਲੈਂਦੀ ਹੈ ਆਪਦਾ ਸਰਟੀਫਿਕੇਟ ਦੇ ਕੇ, ਵੀ ਇਹਦੇ ਉੱਤੇ ਮੋਹਰ ਲਾਉਂਦੀ ਹੈ ਭਾਈ, ਇਹ ਫਟ ਫੁੱਟ ਨਹੀਂ ਸਕਦਾ। ਹਿੰਦੁਸਤਾਨ ਗੌਰਮੈਂਟ ਦਾ ਸਰਟੀਫਿਕੇਟ ਹੈ ਜੀ ਇਹਦੇ ਨਾਲ ਜੀ, ਵੀ ਜੇ ਫਟ ਜੇ ਤਾਂ ਉਹ ਜ਼ਿੰਮੇਵਾਰ ਨੇ। ਇੱਕ ਦੂਜੀ ਗੱਲ, ਲੋਕ ਕਹਿੰਦੇ ਨੇ ਸਿਲੰਡਰ ਫਟ ਗਿਆ, ਸਿਲੰਡਰ ਫਟ ਗਿਆ, ਤੁਸੀਂ ਮੈਨੂੰ ਸਿਲੰਡਰ ਫਟਿਆ ਦਿਖਾਓ, ਤੁਹਾਨੂੰ ਸਿਲੰਡਰ ਫ੍ਰੀ 'ਚ ਦਊਂਗਾ। ਅੱਛਾ, ਸਰਚ ਕਰ ਲਓ, ਲੱਭ ਲਓ। ਅੱਛਾ, ਲੋਕ ਕਹਿੰਦੇ ਨੇ ਵੀ ਇੱਥੇ ਫਟ ਗਿਆ, ਉੱਥੇ ਫਟ ਗਿਆ, ਇਹਦੇ ਨਾਲ ਦਾ ਸਿਲੰਡਰ ਫਟਿਆ ਹੋਇਆ ਲੱਭ ਦਿਓ ਇੰਡੀਆ 'ਚ ਜੀ, ਹਿੰਦੁਸਤਾਨ 'ਚ। ਪਾਕਿਸਤਾਨ ਦੀ ਹੋਰ ਬਾਹਰਲੀ ਕੰਟਰੀ ਦੀ ਤਾਂ ਉਹ ਤਾਂ ਹੋ ਰਿਹਾ ਸਿਸਟਮ, ਆਪਣੇ ਇੰਡੀਆ 'ਚ ਕਦੇ ਇਹ ਸਿਲੰਡਰ ਨਹੀਂ ਫਟਿਆ। ਅਤੇ ਇੱਕ ਗੱਲ ਮੈਨੂੰ ਐਂ ਦੱਸੋ ਜਸਵਿੰਦਰ, ਇਹ ਇਹ ਗੱਡੀ ਦੇ ਵਿੱਚ ਸਿਲੰਡਰ ਲਵਾ ਲਿਆ, ਹਾਂਜੀ, ਇਹ ਸਮੈਲ ਤਾਂ ਨਹੀਂ ਆਉਂਦੀ ਗੱਡੀ ਦੇ ਵਿੱਚ ਬੈਠ? ਦੇਖੋ, ਸਮੈਲ ਜੇ ਘਰੇ ਲੀਕ ਹੈ ਤਾਂ ਵੀ ਆਊਗੀ ਜੀ, ਪੈਟਰੋਲ ਲੀਕ ਹੈ ਤਾਂ, ਜੇ ਲੀਕ ਹੈ ਫਿਰ ਵੀ ਆਊਗੀ ਜੀ, ਜੇ ਲੀਕੇਜ ਹੈ, ਜੇ ਕੋਈ ਫਾਲਟ ਹੈ ਫਿਰ ਆਊਗੀ। ਵੈਸੇ ਨਹੀਂ, ਅਤੇ ਤੁਹਾਡੇ ਵਾਲਾ ਲੀਕ ਤਾਂ ਨਹੀਂ ਹੁੰਦਾ? ਨਹੀਂ ਨਹੀਂ ਨਹੀਂ, ਲੀਕ ਵੈਸੇ ਨਹੀਂ। ਦੇਖੋ, ਕੋਈ ਕਾਪੀ 'ਤੇ ਚੜੂਗਾ ਜਿਹੜਾ ਤੁਸੀਂ ਕਰਕੇ ਦਿਓਗੇ? ਅਪਰੂਵਡ ਹੈ ਜੀ, ਅਪਰੂਵਡ। ਮੰਨ ਲਓ 24 ਮਾਡਲ ਤੱਕ ਦੀਆਂ ਅਪਰੂਵਲਾਂ ਹੈਗੀਆਂ ਆਪਣੇ ਕੋਲ, BS6 ਗੱਡੀਆਂ ਦੀਆਂ, ਪਹਿਲਾਂ ਹੈ ਨਹੀਂ ਸੀ, ਹੁਣ ਲਬੈਟੋ ਕੰਪਨੀ ਦੀ ਅਪਰੂਵਲ ਆ ਗਈ ਜੀ, ਉਹਦੀ ਅਪਰੂਵਲ। ਕੋਈ ਵੀ ਤੁਸੀਂ 24 ਮਾਡਲ ਗੱਡੀ ਹਾਈਬ੍ਰਿਡ ਗੱਡੀ ਤੋਂ ਬਿਨਾਂ ਤੁਸੀਂ ਲਵਾ ਸਕਦੇ ਹੋ, ਅਪਰੂਵਲ ਹੁੰਦੀ ਹੈ। ਕਾਪੀ 'ਤੇ ਚੜਵਾ ਕੇ ਵੀ ਦੇ ਦਿੰਦੇ ਹਾਂ, ਆਪਾਂ ਫਾਈਲ ਬਣਾ ਕੇ ਦੇ ਦਿੰਦੇ ਹਾਂ, ਤੁਸੀਂ ਆਪ RTO ਆਫਿਸ ਜਾਓ ਤਾਂ 700-800 ਰੁਪਏ ਫੀਸ ਆ ਹੋ ਜਾਂਦਾ। ਮਤਲਬ ਚੜੂਗਾ, ਚੜੂਗਾ ਹੀ ਚੜੂਗਾ। ਜਿਹੜਾ ਉਹ ਉਵੇਂ ਆ, ਐਂ ਨਹੀਂ ਗਾ ਵੀ ਪੁਲਿਸ ਰੋਕ ਦੂਗੀ, ਰੋਕੂਗਾ, ਬੰਬ ਬੰਨੀ ਫਿਰਦਾ ਉਸ ਤਰ੍ਹਾਂ ਦੀ ਗੱਲ। ਆ ਦੇਖੋ, ਤੁਸੀਂ ਕਿਹਾ ਬੰਬ, ਇਹ ਬੰਬ ਨਹੀਂ ਹੈਗਾ, ਮੈਂ ਤੁਹਾਨੂੰ ਕਹਿੰਦਾ ਇਹਨੂੰ ਪਾੜ ਕੇ ਦਿਖਾਓ, ਹਾਂ ਵੀ ਇੱਕ ਤਾਂ ਫਟਿਆ ਹੋਇਆ ਲੱਭੋ, ਇੱਕ ਇਹਨੂੰ ਕੋਈ ਪਾੜ ਹੀ ਨਹੀਂ ਸਕਦਾ। ਅਤੇ ਬਾਈ, ਕਿੰਨਾ ਕੁ ਪੈਟਰੋਲ, ਮਤਲਬ CNG ਪਵਾ ਕੇ ਕਿੰਨਾ ਕੁ ਸਸਤਾ ਪੈਂਦਾ? ਅੱਧੋ ਅੱਧ ਦਾ ਫਰਕ ਪੈ ਜਾਂਦਾ ਜੇ ਆਪਾਂ CNG ਪੰਪ ਤੋਂ ਵੀ ਪਾਉਂਦੇ ਹਾਂ। ਹਾਂਜੀ ਹਾਂਜੀ, ਜੇ ਇੱਕ ਆਪਾਂ ਕੰਪੇਅਰ ਕਰੀਏ ਵੀ ਆਪਾਂ ਮਹੀਨੇ ਦਾ 15,000 ਦਾ ਤੇਲ ਫੂਕ ਰਹੇ ਹਾਂ ਜੀ, ਤਾਂ CNG ਥੋੜ੍ਹੀ 7500 ਦੀ ਲੱਗੂ, ਐਵਰੇਜ ਅਲੱਗ ਛੱਡ ਦਿਓ ਪੈਟਰੋਲ ਦੀ ਅਤੇ ਡੀਜ਼ਲ CNG ਦੀ। ਨਹੀਂ, ਡੀਜ਼ਲ ਦੀ ਗੱਡੀ 'ਚ ਵੀ CNG ਲੱਗ? ਪੈਟਰੋਲ ਦੀ 'ਚ ਜੀ, ਇਕੱਲਾ ਪੈਟਰੋਲ ਦੀ ਗੱਡੀ 'ਚ ਲੱਗੂਗੀ, ਪੈਟਰੋਲ ਦੀ ਗੱਡੀ 'ਚ ਹੀ CNG ਲੱਗਦਾ? ਹਾਂਜੀ ਹਾਂਜੀ। ਮਤਲਬ ਜਿਵੇਂ ਕਈ ਬੰਦੇ, ਕਈ ਮਾਡਲ ਡੀਜ਼ਲ 'ਚ ਵੀ ਆਉਂਦੇ ਹੁੰਦੇ ਆ, ਪੈਟਰੋਲ 'ਚ ਵੀ ਆਉਂਦੇ ਹੁੰਦੇ ਆ, ਤਾਂ ਉਹਨੂੰ CNG ਕਰਾ ਕੇ ਲੱਗ ਜਾਂਦੀ। ਹਾਂਜੀ ਹਾਂਜੀ, ਉਹਨੂੰ CNG ਕਰਾ ਕੇ ਉਹ ਡੀਜ਼ਲ ਦੀ ਗੱਡੀ ਤੋਂ ਸਸਤੀ ਹੋਣ ਲੱਗ ਪੈਂਦੀ। ਪੇਜ 'ਤੇ ਤਕਰੀਬਨ ਸਾਰੀਆਂ ਗੱਡੀਆਂ ਦੀ ਵੀਡੀਓ ਤੁਹਾਨੂੰ ਮਿਲ ਜਾਣੀਆਂ ਤੁਹਾਡੇ ਪੇਜ 'ਤੇ? ਹਾਂ, ਤੁਹਾਡੇ ਕੋਲ ਕਿਹੜਾ ਪੇਜ? ਧਮਾਨ CNG ਦੇ ਨਾਮ 'ਤੇ ਹੈ ਜੀ, ਧਮਾਨ CNG। ਹਾਂ, CNG ਸਨਾਮ, ਉਹ 'ਤੇ ਸਾਰੀਆਂ ਤਕਰੀਬਨ ਤੁਹਾਨੂੰ ਨਵੀਂ ਤੋਂ ਨਵੀਂ ਗੱਡੀ ਦੀ ਵੀਡੀਓ ਮਿਲ ਜੂਗੀ, ਕੀਆ ਸੈਲਟੋਸ, MG ਹੈਕਟਰ, MG ਹੈਕਟਰ ਤੋਂ ਲੈ ਹਰ ਗੱਡੀ ਦੀ ਵੀਡੀਓ, ਕਿਉਂਕਿ ਗੱਡੀਆਂ ਆਪਣੇ ਲਈ ਦੂਰੋਂ ਬਹੁਤ ਆ ਜਾਂਦੀਆਂ ਲੱਗਣ ਵਾਸਤੇ ਜੀ, ਕੋਈ ਵੀ ਆਟੋਮੈਟਿਕ ਗੇਅਰ ਵਾਲੀ ਆ, ਸਭ 'ਚ ਕਾਮਯਾਬ ਹੈ। ਮਤਲਬ ਥੋੜ੍ਹਾ ਬਹੁਤ ਤਾਂ ਰਿਪੇਅਰ ਦਾ ਕੰਮ ਕਰ ਦਿੰਦੇ ਹੋਵੋਗੇ, ਜਿਵੇਂ AC ਦੇ ਗੈਸ ਮੁੱਕਿਆ ਹੋਇਆ? ਹਾਂ, ਉਹ ਕਰਦੇ ਆ ਜੀ, ਪਰ ਕਸਟਮਰ ਲਵੇ ਟਾਈਮ ਹੋਣਾ ਚਾਹੀਦਾ। ਅੱਜ ਕੱਲ੍ਹ ਇੱਕ ਸਭ ਤੋਂ ਵੱਡੀ ਪ੍ਰੋਬਲਮ ਕਿ ਬੰਦੇ ਕਰਾਉਣ ਵਾਲੇ ਕੋਲ ਇਹੀ ਟਾਈਮ। ਠੀਕ ਆ, AC ਜੀ ਗੈਸ ਪਾਉਂਦੀ? ਹਾਂ, ਇਹ ਗੈਸ ਪਾਉਂਦੀ ਹੈ ਜੀ ਜੀ, ਇਹਦੇ ਨਾਲ ਤੁਸੀਂ ਪੂਰੀ ਮਿਣ ਸਕਦੇ ਹੋ ਕਿੰਨੀ ਪਾਉਣੀ ਆ ਕਿੰਨੀ ਨਾ। ਹਾਂ, ਅਤੇ ਜਿਹੜੀ ਜਿਹੜੀ CNG ਆਪਾਂ ਮਤਲਬ ਸਿਲੰਡਰ ਲਾ ਕੇ ਦਿੰਦੇ ਹਾਂ, ਹਾਂਜੀ, ਉਹ ਇੱਥੇ ਨੇੜੇ ਤੇੜੇ ਤਾਂ ਮਤਲਬ ਹੁਣ ਪੰਪ ਹੈ? ਆਪਣੇ ਸਨਾਮ ਨਹੀਂ ਹੈਗਾ ਜੀ, ਬਾਕੀ ਸਰਕੇ ਤੇ ਹੈਗਾ, ਜਿਵੇਂ ਸੰਗਰੂਰ, ਦਿੜਬਾ ਜੀ, ਸੋਲਰ ਕਰਾਟ,
ਪਟਿਆਲੇ ਭਵਾਨੀਗੜ੍ਹ ਸਾਰੇ ਆਪਣਾ ਬੰਦਾ ਸਰਚ ਕਰ ਲੈਂਦਾ, ਉਹ ਤਾਂ ਮਿਲ ਜਾਂਦਾ, ਉਹ ਮਿਲ ਜਾਂਦਾ ਆਪਣੇ ਸੁਨਾਮ ਨੂੰ ਛੱਡ ਕੇ ਸਾਰੇ ਕੀਤੇ ਨੇ ਇੰਡੀਆ 'ਚ ਪੰਪ ਜੀ, ਕੋਈ ਜ਼ਿਲ੍ਹਾ ਹੈਗੇ ਨੇ ਜੀ, ਤਕਰੀਬਨ ਹੀ ਹੈਗੇ ਨੇ, ਇਕੱਲਾ ਸੁਨਾਮ ਹੀ ਬਾਕੀ ਹੈ, ਬਾਕੀ ਸਭ ਕਿਤੇ ਹੈਗੇ ਨੇ, ਮਤਲਬ ਅੱਧੋ ਅੱਧ ਦਾ ਫਰਕ ਪੈਂਦਾ ਭਾਈ। ਉਹ ਗੱਲ ਦੱਸਿਓ ਸੱਚ, ਤੁਸੀਂ ਕਹਿੰਦੇ ਸੀਗੇ ਵੀ ਤੁਹਾਡੇ ਆਪਦੀ ਗੱਡੀ 'ਚ ਲੱਗਿਆ ਹੋਇਆ, ਕਿੰਨੇ ਦੀ ਕਿੰਨਾ ਪੈਟਰੋਲ ਕਿਵੇਂ ਪੈਂਦਾ ਪੈਟਰੋਲ 'ਤੇ ਸੀ ਐਨ ਜੀ? ਮੰਨ ਲਓ ਮੈਂ ਗੱਡੀ ਹੁਣ ਮੇਰੀ ਚੱਲ ਗਈ 1,25,000 ਕਿਲੋਮੀਟਰ ਜੀ, ਜੀ 1,25,000 ਨੂੰ ਆਪਾਂ ਗੁਣਾ ਕਰੀਏ 8 ਰੁਪਏ 'ਤੇ, ਵੈਸੇ ਉਹ 10 ਪੈਂਦੀ ਹੈ ਸਾਲ ਦੇ ਵਿੱਚ, 1,25,000 ਹਾਂ ਸਾਲ 'ਚ ਲੱਗ ਜਾਂਦਾ, 70,000-80,000 ਚੱਲ ਜਾਂਦੀ। ਠੀਕ ਆ ਜੀ, ਸਾਲ 'ਚ ਸਾਡੇ ਜਿੰਨੀ ਚਲਾਈ ਆ ਤੁਹਾਡੀ, ਸਾਡੀ ਸਾਲ 'ਚ 1,00,000? ਹਾਂ ਫਿਰ ਮੈਨੂੰ ਸਾਈਡਾਂ 'ਤੇ ਜਾਣਾ ਵੀ ਪੈਂਦਾ ਜੀ, ਹੁਣ ਤੁਹਾਡੇ ਕੰਮ ਕਰਾ ਲਿਆ, ਤੁਹਾਡੀ ਕੋਈ ਕੰਪਲੇਂਟ ਆ ਗਈ ਤਾਂ ਮੈਂ ਆਪ ਜਾਊਂਗਾ, ਇਹ ਨਹੀਂ ਹੈਗਾ ਵੀ ਫੋਨ ਨਹੀਂ ਚੱਕਣਾ ਕਹਿਣਾ ਮੈਨੂੰ ਫੋਨ ਨਾ ਕਰੋ ਨਾ, ਮੈਂ ਕਹਿੰਦਾ ਜੀ ਆਊਂਗਾ। 1,25,000 ਗੁਣਾ ਆਪਾਂ 7 ਹੀ ਲਾ ਲੈਂਦੇ ਹਾਂ, ਫਿਰ ਵਿੱਚ ਕੋਈ ਮੈਸੇਜ ਨਹੀਂ ਕਰਨ ਦਾ ਵੀ ਬਾਈ 7 ਕਿਹੜਾ ਜਹਾਜ਼ ਲਈ ਫਿਰਦਾ, ਆਪਾਂ 7 ਲਾ ਲੈਂਦੇ। 8,75,000 ਦੀ ਸੀ ਐਨ ਜੀ ਹੋ ਗਈ ਪੈਟਰੋਲ ਹੋ ਗਿਆ, ਹਾਂਜੀ ਇਹਨਾਂ ਨੂੰ ਡਿਵਾਈਡ ਕਰ ਦੇਣਾ 2 'ਤੇ, ਯਾਨੀ ਕਿ ਅੱਧੋ ਅੱਧ ਦਾ ਫਰਕ ਤੋਂ ਪੈਂਦਾ 4,37,000 ਰੁਪਏ ਦਾ ਫਾਇਦਾ, ਮਤਲਬ 4,37,000 ਰੁਪਇਆ ਤਕਰੀਬਨ 35,000 ਰੁਪਇਆ ਮਹੀਨੇ ਦਾ ਤਾਂ ਇਹੀ ਬਚਾਈ ਜਾਂਦੇ, ਇੱਕ ਵਰਕਰ ਦੀ ਤਨਖਾਹ ਤਾਂ ਤੁਹਾਡੇ ਦੀ ਐਸੇ ਨਿਕਲੀ ਜਾਂਦੀ ਹੈ। ਇੱਕ ਗੱਲ ਮੈਨੂੰ ਉਹ ਵੀ ਦੱਸ ਦਿਓ ਸੱਚ, ਮੈਂ ਮੁੱਢ 'ਚ ਕਿਹਾ ਸੀ ਵੀ ਬੰਦਿਆਂ ਕੋਲ ਕੰਮ ਇੰਨਾ, ਇਹਨਾਂ ਨੇ ਵਰਕਰ ਰੱਖਣੇ ਆ, ਸਾਲ ਕੰਮ ਸਿਖਾਉਣਗੇ, ਉਦੋਂ ਬਾਅਦ 30,000 ਰੁਪਇਆ ਮਹੀਨੇ ਦੇ ਰੱਖ ਲੈਣੇ। ਹਾਂਜੀ ਹਾਂਜੀ, ਗੱਲ ਪੱਕੀ ਆ ਨਾ? ਪੱਕੀ ਆ ਜਮਾ, ਮੇਰੇ ਕੰਟਰੈਕਟ ਕਰਾਵਾਂਗੇ, ਤੁਹਾਨੂੰ ਬੁਲਾ ਲਾਂਗੇ ਨਾਲ, ਵੀ ਬੰਦਾ ਨਾ ਭੱਜੇ, ਇਹ ਨਾ ਹੋਵੇ ਬੰਦਾ ਭੱਜ ਗਿਆ ਅਸੀਂ ਫਿਰ ਸਾਣੇ ਕਚਹਿਰੀ ਨਿਬੜਦੇ ਹੋਈ, ਆਪਾਂ ਕੰਟਰੈਕਟ ਕਰਕੇ ਕਚਹਿਰੀ 'ਚ ਕਰਕੇ ਸਰਪੰਚ ਨੂੰ ਬੁਲਾ ਕੇ ਫਿਰ ਰੱਖਾਂਗੇ। ਦੇਖੋ ਮੈਂ ਕੰਮ ਸਿਖਾ ਦਾ, ਬੰਦਾ ਸਿੱਖ ਕੇ ਭੱਜੇ ਮੇਰਾ ਨੁਕਸਾਨ ਕਰੇ, ਚਲੋ ਸਿਖਾਉਣਾ ਮੈਂ ਸਿਖਾਉਣ ਤੋਂ ਨਹੀਂ ਭੱਜਦਾ, ਸਿੱਖ ਲਏ ਪਰ ਸੱਚ ਬੋਲ ਕੇ ਜੋ ਮਰਜ਼ੀ ਸਿੱਖਣਾ ਜੀ, ਵੀ ਮੈਂ ਸਾਲ ਸਿੱਖੂੰਗਾ ਜੀ ਵਗ ਜਾਊਂਗਾ, ਮੈਨੂੰ ਕੋਈ ਮਨਾਹੀ ਨਹੀਂ, ਚਾਹੇ 100 ਬੰਦਾ ਲਿਆਓ ਮੈਂ ਸਿਖਾ ਦੂੰ ਫਰੀ 'ਚ। ਪਰ ਜਦੋਂ ਜਵਾਨ ਕਰ ਲਈ ਵੀ ਮੈਂ ਜੀ 10 ਸਾਲ ਲਾਊਂਗਾ ਮੈਨੂੰ ਤਨਖਾਹ ਦਿਓ, ਇਹ ਨਹੀਂ ਫਿਰ ਵੀ 6 ਮਹੀਨੇ ਸਾਲ ਦੇ ਸਾਲ ਨੂੰ 30,000 ਦੇਣ ਲੱਗ ਜਾਓਗੇ ਅਤੇ ਮੰਗਿਆਈ ਵਧਣੀ ਆ। ਹਾਂ ਉਹ ਫਿਰ 5% ਜਾਂ ਜੋ ਵੀ ਹੋਊ ਆਪਾਂ ਸਿਸਟਮ ਬਣਾ ਲਾਂਗੇ, ਉਹ ਆਪਾਂ ਸੈਲਰੀ ਵਧਾਉਂਦੇ ਰਹਾਂਗੇ ਹਰ ਸਾਲ ਜੀ, ਹਰ ਸਾਲ ਜਿਵੇਂ ਐਗਰੀਮੈਂਟ ਦੇ ਵਿੱਚ ਲਿਖਾਂਗੇ, ਉਹ ਲਿਖਾਂਗੇ ਆਪਾਂ, ਪਰ ਇਹ ਵੀ ਲਿਖਾਂਗੇ ਵੀ ਬੰਦੇ ਨੂੰ ਭੱਜਣ ਨਹੀਂ ਦਿੰਦੇ। ਹਾਂ ਉਹ ਬੰਦਾ ਸੋਚ ਗਿਆ ਵੇ ਕਿਤੇ ਬੰਦਾ ਕਹੇ ਵੀ ਮੈਂ ਉੱਡ ਜੂੰਗਾ ਨਾ, ਫਿਰ ਭੱਜਣ ਨਹੀਂ ਦਿੰਦੇ ਉਹ ਹਿਸਾਬ ਨਾਲ, ਉਹਦੇ ਐਗਰੀਮੈਂਟ 'ਚ ਕੋਈ ਉਹਦੀ ਤਨਖਾਹ ਥੱਲੇ ਰੱਖੀ ਜਾਊਗੀ ਕੋਈ, ਉਹ ਕਰਾਂਗੇ ਜੀ ਸਿਸਟਮ। ਹਾਂ ਉਹ ਜਿਵੇਂ ਕਹਿ ਲਓ ਵੀ 1 ਸਾਲ ਜਦੋਂ ਸਿੱਖੂਗਾ ਉਹਦਾ ਉਹ ਖਰਚਾ ਜਮ੍ਹਾਂ ਰੱਖਾਂਗੇ ਜੀ, ਅਗਲੇ ਸਾਲ ਉਹਨੂੰ ਉਹ ਖਰਚਾ ਹੀ ਵਾਪਸ ਦੇਵਾਂਗੇ, 1 ਸਾਲ ਦੀ ਤਨਖਾਹ ਉਹਦੀ ਜਮ੍ਹਾਂ ਕਰ ਲਈ ਵੀ ਭੱਜਣਾ ਨਹੀਂ। ਜੇ ਲੱਗ ਜ਼ਿਲ੍ਹੇ 12-36 3.5 ਲੱਖ ਰੁਪਏ ਅਸੀਂ ਆਪਦੇ 'ਚ ਹੀ ਜਮ੍ਹਾਂ ਰੱਖਾਂਗੇ, ਜਦੋਂ 1 ਸਾਲ ਪੂਰਾ ਹੋ ਜਾ ਕਰੂ ਪਿਛਲੇ ਸਾਲ ਦੀ ਤਨਖਾਹ ਦੇਣੀ ਸ਼ੁਰੂ ਕਰ ਦੇਣਾ। ਸਾਨੂੰ ਵੀ ਐਂ ਹੋ ਵੀ ਭੱਜ ਗਿਆ, 3.5 ਲੱਖ ਦੇਣਾ ਸੀ, ਕੋਈ ਗੱਲ ਨਹੀਂ ਭੱਜ ਗਿਆ, ਸਾਨੂੰ ਦੁੱਖ ਵੀ ਨਾ ਲੱਗੇ ਨਾ ਜੀ, ਮਤਲਬ ਮੈਂ ਕੰਮ ਸਿਖਾ ਤਾ ਕਰਾ ਲਿਆ, ਜੇ ਸਾਲ ਬਾਅਦ ਭੱਜਦਾ ਭੱਜੇ, ਤਨਖਾਹ ਵੀ ਬਹੁਤ ਆ ਵੀ 30,000 ਰੁਪਇਆ ਜੋ ਆਖ 10-15,000 ਤੇ ਲੱਗੇ ਫਿਰਦੇ ਆ, 10-15,000 ਨੂੰ ਵੀ ਕੰਮ ਨਹੀਂ ਮਿਲਦਾ ਹੈ ਤੇ 30,000 ਰੁਪਇਆ ਜਿਹੜਾ ਮੇਰਾ ਕੰਮ ਆ, ਜਿਵੇਂ ਮੇਰੀਆਂ ਬ੍ਰਾਂਚਾਂ ਨੇ ਬੰਬੇ ਜੀ, ਦਿੱਲੀ ਓਪਨ ਹੋ ਰਹੀ ਆ, ਪਰ ਉੱਥੇ ਕੰਮ ਕਰਨਾ ਪਊ, ਜੇ ਬੰਦਾ ਕਹੇ ਮੈਂ ਪਿੰਡ ਬੈਠੂੰਗਾ ਉਹ ਨਹੀਂ। ਨਹੀਂ ਤੇ ਦੁਬਈ ਵੀ ਜਾਂਦੇ ਆ ਲੋਕ, ਦੇਖੋ ਦੁਬਈ 30-35,000 ਹੀ ਮਿਲਦਾ ਜੀ, ਕਿਸੇ ਨੂੰ 50 ਬਸ਼ੱਕ ਮਿਲਦਾ ਉਹ, ਪਰ ਪੂਰੇ ਇੰਡੀਆ 'ਚ ਆਪਣੀਆਂ ਬ੍ਰਾਂਚਾਂ ਖੁੱਲ ਰਹੀਆਂ ਨੇ, ਜਿਵੇਂ ਬੰਬੇ ਚੇਨਈ, ਉੱਥੇ ਆਪਾਂ ਬੰਦਾ ਉੱਥੇ ਸ਼ਿਫਟ ਕਰਾਂ, ਆ ਜੇ ਬੰਦਾ ਕੋਈ ਗੱਲ ਨਹੀਂ, ਸਾਰਾ ਖਰਚਾ ਸਾਡਾ, ਇਹ ਨਹੀਂ ਬੰਦਾ ਕਹੇ ਮੈਂ ਤਾਂ ਉਰੇ ਬਹਿ ਕੇ ਲਊ, ਉਹ ਆਪਾਂ ਸਾਰਾ ਗੱਲ ਕਰਾਂਗੇ ਇਹਨਾਂ ਨਾਲ ਵੀ, ਦੇਖੋ ਜੀ ਪੁੱਗਦੀ ਵੀ ਕਨੇਡਾ ਭੇਜਣਾ ਕਿ ਸਾਡੇ ਲਈ ਭੇਜਣਾ, ਠੀਕ ਨਹੀਂ ਜੀ? ਸਹੀ ਆ ਕਿ ਇੰਨਾ ਕੰਮ ਹੈ ਵੀ ਮੁੱਕਦਾ ਹੀ ਨਹੀਂ। ਲੈ ਵੀ ਸੱਜਣੋ ਗੱਲ ਹੈਗੀ ਆ ਵੀ, ਜੇਕਰ ਤੁਸੀਂ ਟਰੱਕ ਦੇ ਵਿੱਚ ਏਸੀ ਲਵਾਉਣਾ, ਬੱਸ ਦੇ ਵਿੱਚ ਏਸੀ ਲਵਾਉਣਾ, ਜਾਂ ਤੁਸੀਂ ਗੱਡੀ ਦੇ ਵਿੱਚ ਏਸੀ, ਜੇ ਲੋਕਲ ਬੰਦੇ ਆ ਤੁਸੀਂ ਇੱਥੋਂ ਦੇ ਸੁਨਾਮ ਦੇ ਏਰੀਏ ਦੇ ਲੋਕਲ ਆ, ਤਾਂ ਤੁਸੀਂ ਗੱਡੀ ਦੇ ਏਸੀ ਦੀ ਫਿਟਿੰਗ ਕਰਾਉਣੀ ਆ ਜਾਂ ਏਸੀ ਦੀ ਰਿਪੇਅਰ ਕਰਾਉਣੀ ਆ, ਤੁਸੀਂ ਬਾਈ ਹੁਣਾਂ ਕੋਲ ਆ ਸਕਦੇ ਆ। ਜੇ ਤੁਸੀਂ ਬੇਰੁਜ਼ਗਾਰ ਆ
ਅਤੇ ਕੰਮ ਸਿੱਖਣ ਦੇ ਇੱਛਕ ਹਾਂ, ਤੁਸੀਂ ਤਾਂ ਵੀ ਬਾਈ ਹੋਣਾ ਕੋਲ ਆ ਸਕਦੇ ਹਾਂ, ਤਾਂ ਇਹ ਤੁਹਾਡੀ ਬੇਰੁਜ਼ਗਾਰੀ ਨੂੰ ਵੀ ਬੰਦਾ ਰਿਪੇਅਰ ਕਰਕੇ ਦੇਊਗਾ। ਉੱਧਰੋਂ ਵੀ ਤੁਹਾਨੂੰ ਬੇਰੁਜ਼ਗਾਰੀ ਵਾਲੇ ਪਾਸੋਂ ਵੀ ਜੇ ਤੱਤੀ ਹਵਾ ਆਉਂਦੀ ਆ, ਉੱਧਰੋਂ ਵੀ ਠੰਡਾ ਬੁੱਲਾ ਆਉਣ ਲਾ ਦੂਗਾ, ਤੁਹਾਨੂੰ ਕੰਮ ਵੀ ਸਿਖਾ ਦੂਗਾ, ਤੁਹਾਨੂੰ ਸਕਿਲਡ ਬੰਦੇ ਵੀ ਬਣਾ ਦੂਗਾ, ਅਤੇ ਤੁਹਾਨੂੰ ਇਹ ਬੰਦਾ ਤਨਖਾਹ ਵੀ ਪੂਰੀ ਵਧੀਆ ਤਨਖਾਹ ਔਫਰ ਕੀਤੀ ਆ ਉਹ ਵੀ ਕਰ ਦੂਗਾ। ਜੇ ਤੁਸੀਂ ਤੁਹਾਡੀ ਗੱਡੀ ਪੈਟਰੋਲ 'ਤੇ ਆ ਅਤੇ ਤੁਹਾਨੂੰ ਲੱਗਦਾ ਵੀ ਯਾਰ ਗੱਡੀ ਦਾ ਏਸੀ ਚੰਗਾ ਚੱਲਦਾ ਪਰ ਪੈਟਰੋਲ ਪਵਾਉਣ ਵੇਲੇ ਸੇਕ ਆਉਂਦਾ, ਤਾਂ ਉਹ ਵੀ ਹਟਾ ਦੂਗਾ। ਮਤਲਬ ਵਾਲੇ ਪਾਸਿਓਂ ਠੰਡੇ ਬੁੱਲੇ ਹੀ ਲਈ ਤੁਰਿਆ ਫਿਰਦਾ, ਮਤਲਬ ਬੇਰੁਜ਼ਗਾਰੀ ਵਾਲੇ ਪਾਸਿਓਂ ਹੋ ਗਿਆ, ਪੈਟਰੋਲ ਵਾਲੇ ਪਾਸਿਓਂ ਹੋ ਗਿਆ, ਤਾਂ ਏਸੀ ਵਾਲੇ ਪਾਸਿਓਂ। ਮਤਲਬ ਬੰਦਾ ਠੰਡੇ ਬੁੱਲਿਆਂ ਦਾ ਖਜ਼ਾਨਾ, 1974 ਤੋਂ ਲੈ ਕੇ ਕੰਮ ਕਰਦੇ ਆ, ਪੁਰਾਣੇ ਬੰਦੇ ਆ, ਖਾਨਦਾਨੀ ਬੰਦੇ ਆ। ਜੇ ਕੋਈ ਵੀ ਸੱਜਣ ਇਹਨਾਂ ਦੀ ਕੋਈ ਵੀ ਸੇਵਾ ਲੈਣੀ ਚਾਹੁੰਦਾ, ਫੋਨ ਨੰਬਰ ਸਕਰੀਨ 'ਤੇ ਆ। ਹਾਂ, ਵੇਲੇ ਇੱਕ ਵੇਲੇ ਫੋਨ ਨਾ ਲੱਗਿਆ, ਮੈਸੇਜ ਵਟਸਐਪ 'ਤੇ ਛੱਡ ਦਿਓ, ਇਹ ਸੱਜਣ ਤੁਹਾਨੂੰ ਰਿਪਲਾਈ ਕਰੂਗਾ, ਕਿਉਂਕਿ ਆਲ ਇੰਡੀਆ ਤੋਂ ਬਾਈ ਨੂੰ ਫੋਨ ਆਉਂਦੇ ਆ, ਇਸ ਕਰਕੇ ਕਈ ਵਾਰੀ ਫੋਨ ਨਹੀਂ ਅਟੈਂਡ ਕੀਤਾ ਜਾਂਦਾ। ਉਸ ਗੱਲ ਲਈ ਬੁਰਾ ਨਾ ਮੰਨਿਓ, ਲੈਣ 'ਚ ਲੱਗੇ ਰਹੋ, ਤੁਹਾਡੀ ਵਾਰੀ ਆਊਗੀ। ਜਿਉਂਦੇ ਰਹੋ।